ਤੁਹਾਨੂੰ ਨਵਰਾਤਰਿਆਂ ਦੌਰਾਨ ਵਰਤ ਕਿਉਂ ਰੱਖਣਾ ਚਾਹੀਦਾ ਹੈ? ਅੱਜ ਇਸ ਬਾਰੇ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਸਾਡੇ ਇਨਫੋਟੇਨਮੈਂਟ ਜ਼ੋਨ ਦੇ ਵਿੱਚ। ਰੰਗਾਂ, ਪਰੰਪਰਾ, ਗੀਤਾਂ ਅਤੇ ਡਾਂਸ ਨਾਲ ਭਰਪੂਰ ਨਵਰਾਤਰੇ ਸਾਡੇ ਲਈ ਆਰਾਮ ਕਰਨ, ਅੰਦਰ ਵੱਲ ਮੁੜਨ ਅਤੇ ਆਪਣੇ ਆਪ ਨੂੰ ਨਵੀਂ ਊਰਜਾ ਨਾਲ ਰਿਚਾਰਜ ਕਰਨ ਦਾ ਸਮਾਂ ਵੀ ਹੈ। ਨਵਰਾਤਰੇ ਦੇ ਦੌਰਾਨ ਵਰਤ ਰੱਖਣਾ ਆਨੰਦ ਅਤੇ ਆਨੰਦ ਵੱਲ ਉਸ ਅੰਦਰੂਨੀ ਯਾਤਰਾ ਨੂੰ ਸੌਖਾ ਬਣਾਉਂਦਾ ਹੈ। ਇਹ ਮਨ ਦੀ ਬੇਚੈਨੀ ਨੂੰ ਘਟਾਉਂਦਾ ਹੈ ਅਤੇ ਜਾਗਰੂਕਤਾ ਅਤੇ ਆਨੰਦ ਲਿਆਉਂਦਾ ਹੈ। ਆਯੁਰਵੇਦ ਅਨੁਸਾਰ ਵਰਤ ਰੱਖਣ ਨਾਲ ਪਾਚਨ ਕਿਰਿਆ ਨੂੰ ਮੁੜ ਜਗਾਉਂਦਾ ਹੈ। ਪਾਚਨ ਕਿਰਿਆ ਵਿੱਚ ਵਾਧਾ ਸਰੀਰ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਸਾੜ ਦਿੰਦਾ ਹੈ। ਜਦੋਂ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਤਾਂ ਇਹ ਸੁਸਤੀ ਅਤੇ ਸੁਸਤੀ ਗੁਆ ਦਿੰਦਾ ਹੈ। ਸਰੀਰ ਦੇ ਸਾਰੇ ਸੈੱਲ ਮੁੜ ਸੁਰਜੀਤ ਹੋ ਜਾਂਦੇ ਹਨ। ਵਰਤ ਇਸ ਲਈ ਸਾਡੇ ਸਰੀਰ ਨੂੰ ਸ਼ੁੱਧ ਕਰਨ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਹੈ। ਜਦੋਂ ਸਰੀਰ ਸ਼ੁੱਧ ਹੋ ਜਾਂਦਾ ਹੈ ਤਾਂ ਸਰੀਰ ਅਤੇ ਮਨ ਦੇ ਵਿਚਕਾਰ ਡੂੰਘੇ ਸੰਬੰਧ ਹੋਣ ਕਾਰਨ ਮਨ ਸ਼ਾਂਤ ਅਤੇ ਵਧੇਰੇ ਸ਼ਾਂਤ ਹੋ ਜਾਂਦਾ ਹੈ। ਜਿਵੇਂ ਕਿ ਵਰਤ ਰੱਖਣ ਨਾਲ ਪਾਚਨ ਕਿਰਿਆ ਨੂੰ ਮੁੜ ਜਗਾਉਂਦਾ ਹੈ, ਇਹ ਤਣਾਅ ਨੂੰ ਦੂਰ ਕਰਨ ਅਤੇ ਪ੍ਰਤੀਰੋਧਕ ਸ਼ਕਤੀ ਬਣਾਉਣ ਵਿੱਚ ਮਦਦ ਕਰਦਾ ਹੈ। ਆਮ ਤੌਰ 'ਤੇ ਸਾਡੇ ਵਿੱਚੋਂ ਜ਼ਿਆਦਾਤਰ ਭੁੱਖੇ ਮਹਿਸੂਸ ਕਰਨ ਦੀ ਉਡੀਕ ਨਹੀਂ ਕਰਦੇ ਹਨ। ਭੁੱਖ ਉਹ ਤਰੀਕਾ ਹੈ ਜਿਸ ਨਾਲ ਸਾਡਾ ਸਰੀਰ ਇਹ ਦਰਸਾਉਂਦਾ ਹੈ ਕਿ ਇਹ ਭੋਜਨ ਨੂੰ ਹਜ਼ਮ ਕਰਨ ਲਈ ਤਿਆਰ ਹੈ। ਭੁੱਖ ਲੱਗਣ ਤੋਂ ਪਹਿਲਾਂ ਹੀ ਖਾਣ ਪਾਣ ਨਾਲ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਤਣਾਅ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਜਿਵੇਂ ਕਿ ਵਰਤ ਰੱਖਣ ਨਾਲ ਪਾਚਨ ਕਿਰਿਆ ਨੂੰ ਮੁੜ ਜਗਾਉਂਦਾ ਹੈ, ਇਹ ਤਣਾਅ ਨੂੰ ਦੂਰ ਕਰਨ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਨਵਰਾਤਰੀ ਵਰਤ ਦੇ ਨਾਲ ਡੂੰਘੇ ਧਿਆਨ ਵਿੱਚ ਡੁੱਬੋ। ਨਵਰਾਤਰੀ ਆਪਣੇ ਆਪ ਨਾਲ ਸਮਾਂ ਬਿਤਾਉਣ, ਸਿਮਰਨ ਕਰਨ ਅਤੇ ਹੋਣ ਦੇ ਸਰੋਤ ਨਾਲ ਜੁੜਨ ਦਾ ਸਮਾਂ ਹੈ। ਹਾਲਾਂਕਿ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਆਪ ਨੂੰ ਊਰਜਾਵਾਨ ਰੱਖਣ ਲਈ ਤਾਜ਼ੇ ਫਲ ਅਤੇ ਹੋਰ ਸਾਤਵਿਕ ਭੋਜਨ ਕਾਫੀ ਮਾਤਰਾ ਵਿੱਚ ਖਾਂਦੇ ਹੋ। ਸਤਵ ਖਿੜ ਦੇ ਲਾਭ ਪ੍ਰਾਪਤ ਕਰੋ। ਧਿਆਨ ਦੇ ਨਾਲ ਵਰਤ ਰੱਖਣ ਨਾਲ ਸਤਿਤਵ ਵੱਧਦਾ ਹੈ, ਸਾਡੇ ਅੰਦਰ ਸ਼ਾਂਤੀ ਅਤੇ ਸਕਾਰਾਤਮਕਤਾ ਦੀ ਗੁਣਵੱਤਾ ਵੀ ਵੱਧਦੀ ਹੈ। ਸਾਥੀਤਵ ਵਿੱਚ ਵਾਧਾ ਸਾਡੇ ਮਨ ਨੂੰ ਵਧੇਰੇ ਸ਼ਾਂਤ ਅਤੇ ਸੁਚੇਤ ਬਣਾਉਂਦਾ ਹੈ। ਨਤੀਜੇ ਵਜੋਂ ਸਾਡੇ ਇਰਾਦੇ ਅਤੇ ਪ੍ਰਾਰਥਨਾਵਾਂ ਵਧੇਰੇ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ। ਇੱਕ ਸੱਤਵ ਖੇਡ ਸਰੀਰ ਨੂੰ ਹਲਕਾ ਅਤੇ ਊਰਜਾਵਾਨ ਵੀ ਬਣਾਉਂਦਾ ਹੈ। ਅਸੀਂ ਵਧੇਰੇ ਕੁਸ਼ਲ ਬਣ ਜਾਂਦੇ ਹਾਂ। ਨਤੀਜੇ ਵਜੋਂ ਸਾਡੀਆਂ ਇੱਛਾਵਾਂ ਪ੍ਰਗਟ ਹੁੰਦੀਆਂ ਹਨ ਅਤੇ ਸਾਡੇ ਕੰਮ ਆਸਾਨੀ ਨਾਲ ਪੂਰੇ ਹੋ ਜਾਂਦੇ ਹਨ। ਦੁਨੀਆ ਭਰ ਵਿੱਚ ਅਤੇ ਸਾਰੇ ਧਰਮਾਂ ਵਿੱਚ ਵਰਤ ਨੂੰ ਪ੍ਰਾਰਥਨਾ ਨਾਲ ਕਿਉਂ ਜੋੜਿਆ ਜਾਂਦਾ ਹੈ? ਕਿਉਂਕਿ ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਤੁਸੀਂ ਜ਼ਹਿਰੀਲੇ ਹੋ ਜਾਂਦੇ ਹੋ ਅਤੇ ਤੁਹਾਡੀ ਪ੍ਰਾਰਥਨਾ ਪ੍ਰਮਾਣਿਕ ਅਤੇ ਡੂੰਘੀ ਬਣ ਜਾਂਦੀ ਹੈ। ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਇਹ ਕਹਿਣਾ ਹੈ। ਇਹ ਗੱਲ ਦੱਸਣਯੋਗ ਹੈ ਕਿ ਸਰੀਰ ਦੇ ਕੁਝ ਸੰਵਿਧਾਨਾਂ ਅਤੇ ਸਿਹਤ ਸਥਿਤੀਆਂ ਲਈ ਵਰਤ ਰੱਖਣ ਦੀ ਸਿਫਾਰਿਸ਼ ਨਹੀਂ ਕੀਤੀ ਜਾ ਸਕਦੀ। ਫਾਸਟਿੰਗ ਉਹਨਾਂ ਲੋਕਾਂ ਲਈ ਰੈਕਮੈਂਡਡ ਨਹੀਂ ਹੈ। ਇਸ ਲਈ ਵਰਤ ਰੱਖਣ ਤੋਂ ਪਹਿਲਾਂ ਇੱਕ ਆਯੁਰਵੇਦਿਕ ਡਾਕਟਰ ਦੀ ਸਲਾਹ ਲੈਣ ਦੀ ਜ਼ਰੂਰ ਕਿਰਪਾਲਤਾ ਕਰੋ। ਨਾਲ ਹੀ ਇਹ ਵੀ ਧਿਆਨ 'ਚ ਰੱਖੋ ਕਿ ਤੁਹਾਨੂੰ ਓਨਾ ਹੀ ਵਰਤ ਰੱਖਣਾ ਚਾਹੀਦਾ ਹੈ ਜਿੰਨਾ ਤੁਸੀਂ ਆਰਾਮ ਦੇ ਹੋ। ਸੋ ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।